ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ ਇੰਟਰਟੇਨਮੈਂਟ ਦੇ ਕਹਿਣ 'ਚੋਂ ਵਿਦੇਸ਼ ਅਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਫਿਰ ਕਰਦੇ ਹਾਂ ਪ੍ਰੋਗਰਾਮ ਸ਼ੁਰੂਆਤ। ਤੋਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਸਿਟੀ ਲੁਧਿਆਣਾ ਦੇ ਹਾਈਪ ਰੈਸਟੋਰੈਂਟ ਵਿੱਚ ਆਏ ਡਾਂਸ ਐਂਡ ਫਿਟਨੈਸ ਸਟੂਡੀਓ ਵੱਲੋਂ ਤੀਜ ਫੈਸਟੀਵਲ ਸੈਲੀਬ੍ਰੇਟ ਕੀਤਾ ਗਿਆ। ਇਸ ਮੌਕੇ ਦੇ ਮੈਂਬਰਾਂ ਨੇ ਬਹੁਤ ਹੀ ਵਧੀਆ ਡਾਂਸ ਕੀਤਾ ਔਰ ਨਾਲ ਹੀ ਨਾਲ ਗੇਮਸ ਵੀ ਖੇਡੀਆਂ। ਆਓ ਵੇਖਦੇ ਹਾਂ ਇੱਕ ਰਿਪੋਰਟ।
ਸੋ ਦੋਸਤੋ ਤੁਸੀਂ ਦੇਖਿਆ ਸਾਰੇ ਮੈਂਬਰਸ ਨੇ ਕਿੰਨਾ ਵਧੀਆ ਡਾਂਸ ਕੀਤਾ ਇਸ ਮੌਕੇ ਤੇ। ਅਸੀਂ ਖਾਸ ਗੱਲਬਾਤ ਕੀਤੀ ਅੱਜ ਦੇ ਇਵੈਂਟ ਦੇ ਆਰਗੇਨਾਈਜ਼ਰ ਯਾਨੀ ਕਿ ਸੋਨੀਆ ਸੂਦ ਮੈਮ ਨਾਲ। ਆਓ ਵੇਖਦੇ ਨਾਲ ਇਵੈਂਟ ਬਾਰੇ ਕੀ ਕਹਿਣਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਅੱਜ ਦੇ ਇਵੈਂਟ ਦੇ ਬਾਰੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹਾਂਗੀ ਕਿ ਆਇਆ ਡਾਂਸ ਐਂਡ ਫਿਟਨੈਸ ਸਟੂਡੀਓ ਨੇ ਇੱਕ ਕੋਸ਼ਿਸ਼ ਕੀਤੀ ਆਪਣੀਆਂ ਜੋ ਭੈਣਾਂ ਨੇ ਉਹਨਾਂ ਨੂੰ ਆਜ਼ਾਦੀ ਦੇ ਦਿਨ ਇੱਕ ਆਜ਼ਾਦੀ ਦੀ ਫੀਲਿੰਗ ਲੈਣ ਦੀ ਕਿ ਉਹ ਵੀ ਆਜ਼ਾਦ ਨੇ ਆਪਣੇ ਹਿਸਾਬ ਨਾਲ ਆਪਣੇ ਮਨ ਨਾਲ ਉਹ ਆਪਣਾ ਡੇ ਮਨਾ ਸਕਦੀਆਂ ਨੇ ਅਤੇ ਉਹ ਕੋਸ਼ਿਸ਼ ਸਾਡੀ ਕਾਮਯਾਬ ਹੈ। ਸਾਰੇ ਮੈਨੂੰ ਬਹੁਤ ਖੁਸ਼ ਨਜ਼ਰ ਆ ਰਹੇ ਹੈ ਅਤੇ ਦੈਨ ਉਹਨਾਂ ਨੇ ਗਿੱਧਾ ਐਂਡ ਡੂ ਇਟ ਪਰਫੋਰਮੈਂਸ ਐਂਡ ਸੋਲੋ ਪਰਫੋਰਮੈਂਸ ਰਿਲੇਟਿਡ ਵਿਦ ਇੰਡੀਪੈਂਡੈਂਸ ਡੇ ਆਲਸੋ ਉਹਨਾਂ ਨੇ ਪਰਫੋਰਮ ਕੀਤਾ ਜੋ ਕਿ ਬਹੁਤ ਵਧੀਆ ਸੀਗਾ। ਔਰ ਆਇਆ ਡਾਂਸ ਐਂਡ ਫਿਟਨੈਸ ਸਟੂਡੀਓ ਹਮੇਸ਼ਾ ਇਹ ਕੋਸ਼ਿਸ਼ ਕਰਦਾ ਰਹੇਗਾ ਕਿ ਉਹ ਆਪਣੇ ਚਾਹੇ ਸਟੂਡੈਂਟਸ ਨੇ ਉਹ ਚਾਹੇ ਕਿਸੇ ਵੀ ਏਜ ਦੇ ਨੇ ਉਹ ਚਾਹੇ ਮੇਲ ਨੇ ਚਾਹੇ ਫੀਮੇਲ ਨੇ ਉਹਨਾਂ ਨੂੰ ਹਰ ਤਰ੍ਹਾਂ ਦਾ ਪਲੇਟਫਾਰਮ ਦੇਵੇ ਅਤੇ ਉਹਨਾਂ ਨੂੰ ਲੁਧਿਆਣੇ ਵਿੱਚ ਕੀ ਪੂਰੇ ਪੰਜਾਬ ਵਿੱਚ ਕੀ ਪੂਰੇ ਵਰਲਡ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ। ਯੈਸ ਸਰ, ਰੈਂਪ ਵਾਕ ਵੀ ਹੈ ਉਹਦੇ ਵਿੱਚੋਂ ਅਸੀਂ ਤੀਜ ਕੁਇਨ ਔਰ ਬਾਕੀ ਅਦਰ ਜੋ ਸਾਡੇ ਟਾਈਟਲਸ ਹੈ ਉਹ ਵੀ ਦੇਵਾਂਗੇ ਅਤੇ ਇੱਥੇ ਤੰਬੋਲਾ ਵੀ ਹੁਣੇ ਹੋਣ ਵਾਲਾ ਹੈ ਜਿਹਦੇ ਲਈ ਸਾਰੇ ਬਹੁਤ ਐਕਸਾਈਟਿਡ ਹੈ। ਸਰਪ੍ਰਾਈਜ਼ ਗਿਫਟਸ ਵੀ ਹੈ ਐਂਡ ਗੇਮਸ ਵੀ ਹੈ ਐਂਡ ਮੈਨੀ ਮੋਰ ਆਲਸ। ਸੋ ਦੋਸਤੋ, ਹੁਣ ਵੇਲਾ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਇਸ ਮੌਕੇ ਤੇ ਅਸੀਂ ਖਾਸ ਗੱਲਬਾਤ ਕੀਤੀ ਅੱਜ ਦੇ ਇਵੈਂਟ ਦੇ ਜੱਜਿਸ ਔਰ ਨਾਲ ਹੀ ਨਾਲ ਮੈਂਬਰਸ ਦੇ ਨਾਲ। ਆਓ ਵੇਖਦੇ ਉਹਨਾਂ ਦਾ ਤੀਜ ਫੈਸਟੀਵਲ ਨੂੰ ਲੈ ਕੇ ਕੀ ਕਹਿਣਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੁਚਿਕਾ ਥਾਪਰ ਹੈ। ਅਸੀਂ ਅੱਜ ਆਏ ਡਾਂਸ ਫਿਟਨੈਸ ਸਟੂਡੀਓ ਕਲੱਬ ਵੱਲੋਂ ਇੱਥੇ ਰੈਂਪ ਵਰਕ ਕਰ ਰਹੇ ਹਾਂ, ਡਾਂਸ ਕਰ ਰਹੇ ਹਾਂ। ਅਸੀਂ ਬਹੁਤ ਕੁਛ ਇੰਜੋਏ ਕੀਤਾ। ਮੈਮ ਨੇ ਐਂਟਰੀ 1000 ਰੱਖੀ ਸੀ ਬਟ ਉਹਦੇ ਵਿੱਚ ਸਾਨੂੰ ਕਾਫੀ ਕੁਛ ਪ੍ਰੋਵਾਈਡ ਕੀਤਾ ਜਿਵੇਂ ਕਿ ਮਹਿੰਦੀ, ਤੰਬੋਲਾ, ਗੇਮਸ, ਡਾਂਸ। ਅਸੀਂ ਬਹੁਤ ਅੱਛੀ ਤਰ੍ਹਾਂ ਸਰਪ੍ਰਾਈਜ਼ ਗਿਫਟਸ ਅਸੀਂ ਬਹੁਤ ਅੱਛੀ ਤਰ੍ਹਾਂ ਪ੍ਰੈਕਟਿਸ ਕੀਤੀ ਔਰ ਬੜਾ ਹੀ ਇੰਜੋਏ ਕੀਤਾ ਔਰ ਕੰਫੀਡੈਂਸ ਵਧਿਆ ਸਾਡਾ ਇਹਦੇ ਨਾਲ। ਥੈਂਕ ਯੂ ਸੋਨੀਆ ਮੈਮ ਫੋਰ ਗਿਵਿੰਗ ਦਿਸ ਓਪਰਚੁਨਿਟੀ। ਮੇਰਾ ਫਸਟ ਐਕਸਪੀਰੀਅੰਸ ਆ ਔਨ ਸਟੇਜ ਔਰ ਮੈਨੂੰ ਬਹੁਤ ਅੱਛਾ ਲੱਗਿਆ, ਮੈਂ ਬਹੁਤ ਇੰਜੋਏ ਕੀਤਾ। ਅੱਛਾ, ਰੈਂਪ ਵਾਕ ਕਿੱਦਾਂ ਰਿਹਾ ਐਕਸਪੀਰੀਅੰਸ ਰਿਹਾ ਤੁਹਾਡਾ ਕਰਨਾ? ਬਹੁਤ ਅੱਛਾ ਰਿਹਾ ਮੇਰੇ ਲਈ ਤਾਂ, ਬਹੁਤ ਵਧੀਆ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਸਿਰਫ ਇਹੀ ਕਹਿਣ ਲਈ ਆਈ ਹਾਂ ਕਿ ਸ਼ਾਇਦ ਮੇਰੇ ਤੋਂ ਸਾਰੇ ਹੀ ਬਹੁਤ ਛੋਟੇ ਹਨ ਅਤੇ ਮੈਂ ਜਿੰਨੀਆਂ ਮੇਰੀਆਂ ਛੋਟੀਆਂ ਭੈਣਾਂ ਜਾਂ ਮੇਰੀਆਂ ਬੇਟੀਆਂ ਹਨ, ਮੈਂ ਸਾਰਿਆਂ ਨੂੰ ਕਹਾਂਗੀ ਕਿ ਆਪਣੀਆਂ ਮਦਰ ਮਦਰ ਇਨ ਲਾਅ ਨੂੰ ਮੇਰੇ ਤਰ੍ਹਾਂ ਹੀ ਜਾ ਕੇ ਦੱਸਣ ਕਿ ਮੇਰੀ ਏਜ਼ ਇਸ ਟਾਈਮ 57 ਹੈ ਅਤੇ ਮੈਂ ਕਹੂੰਗੀ ਕਿ ਜਿਹੜੀ ਉਮਰ ਹੈ ਛੋਟੀ ਵੱਡੀ ਨਹੀਂ ਹੁੰਦੀ, ਉਮਰ ਨੂੰ ਹਮੇਸ਼ਾ ਅਸੀਂ ਪੰਜਾਬੀ ਹੈ ਪੰਜਾਬੀ ਕਲਚਰ ਦੇ ਵਿੱਚ ਜੋ ਪ੍ਰੇਰਿਤ ਕਰਨਾ ਚਾਹੀਦਾ ਹੈ। ਔਰ ਅੱਜ 15 ਅਗਸਤ ਵੀ ਹੈ, ਮੈਂ ਕਹੂੰਗੀ ਸਾਰੇ ਮੇਰੇ ਨਾਲ ਬਣ ਬੰਦੇ ਬੰਦੇ। ਹਾਂਜੀ, ਅਸੀਂ ਇੱਥੇ ਕੁੜੀਆਂ ਵਾਸਤੇ ਨੱਚ ਰਹੇ ਹਾਂ, ਕੁੜੀਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਕਿ ਬੇਟੀਆਂ ਦੇ ਉਸਤੇ ਵੀ ਅਸੀਂ ਗਿੱਧਾ ਪਾਉਣਾ ਹਜੇ ਅਤੇ ਉਹ ਮੈਮ ਨੇ ਸੋਨੀਆ ਮੈਮ ਨੇ ਸਾਨੂੰ ਇਨਕਰੇਜ ਕੀਤਾ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਕੁੜੀਆਂ ਲਈ ਕੁਛ ਕਰ ਸਕਦੇ। ਹਾਂਜੀ ਮੈਮ, ਮੈਂ ਬੜਾ ਇੰਜੋਏ ਕੀਤਾ, ਮੈਂ ਮੈਨੂੰ ਵਰਕਅਪ ਕੀਤਾ, ਬਹੁਤ ਅੱਛਾ ਲੱਗਿਆ ਔਰ ਇਵੈਂਟ ਅੱਛਾ ਰਿਹਾ। ਮੇਰਾ ਫਸਟ ਟਾਈਮ ਹੈ ਔਰ ਬਹੁਤ ਇੰਜੋਏ ਕੀਤਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਹੁਤ ਇੰਜੋਏ ਕੀਤਾ ਅਤੇ ਥੈਂਕਸ ਕਰਨਾ ਚਾਹਾਂਗੀ ਸੋਨੀਆ ਮੈਮ ਦਾ ਜਿਨ੍ਹਾਂ ਨੇ ਇੰਨਾ ਅੱਛਾ ਮਾਹੌਲ ਸਾਨੂੰ ਦਿੱਤਾ ਅਤੇ ਇੰਨਾ ਵਧੀਆ ਪਰਫੋਰਮੈਂਸ ਸਾਨੂੰ ਕਰਵਾਏ। ਥੈਂਕ ਯੂ ਸੋਨੀਆ ਮੈਮ। ਮੈਨੂੰ ਦੇਖਦੇ ਤਾਂ ਕੁਛ ਯਾਦ ਆਇਆ, ਉਹ ਹੀ ਚੀਜ਼ ਇਹਦੇ 'ਚੋਂ ਸਰਪ੍ਰਾਈਜ਼ ਗਿਫਟ ਨਿਕਲ ਰਹੇ ਸੀਗੇ। ਦੇਖੋ ਅਸੀਂ ਇਹਨੂੰ ਕਿੰਨੀ ਸਮਾਰਟਲੀ ਯੂਜ਼ ਕੀਤਾ। ਹਾਂਜੀ, ਬਹੁਤ ਮਜ਼ਾ ਆਇਆ, ਬਹੁਤ ਜ਼ਿਆਦਾ ਇੰਜੋਏ ਕੀਤਾ ਮੈਮ ਸੋਨੀਆ ਵੱਲੋਂ ਅਤੇ ਇੰਨੇ ਵੱਡੇ ਵੱਡੇ ਮੈਂਬਰਸ ਨਾਲ ਮਿਲਣ ਨੂੰ ਮਿਲਿਆ, ਸੋਸ਼ਲ ਕਲੱਬ ਵੱਲੋਂ ਵੀ, ਤੁਸੀਂ ਵੀ, ਕੁਲਦੀਪ ਮੈਮ ਵੀ, ਸੋਨੀਆ ਮੈਮ ਵੀ, ਅੱਛਾ ਇੰਜੋਏ, ਬਹੁਤ ਅੱਛਾ ਲੱਗਿਆ ਸਾਨੂੰ ਇੱਥੇ ਆ ਕੇ। ਫਸਟ ਟਾਈਮ ਰੈਂਕ ਵਾਕ ਕੀਤੀ, ਸਭ ਕੁਛ ਕੀਤਾ, ਸਭ ਨੂੰ ਮਿਲਿਆ, ਬਹੁਤ ਅੱਛਾ ਲੱਗਿਆ, ਵੈਰੀ ਨਾਈਸ ਸਰ। ਬਹੁਤ ਵਧੀਆ ਲੱਗਿਆ, ਫਸਟ ਟਾਈਮ ਆਏ ਹਾਂ ਅਤੇ ਅਸੀਂ ਬਹੁਤ ਇੰਜੋਏ ਕੀਤਾ ਸਾਰਾ ਕੁਛ, ਸਾਰਾ ਵੈਰੀ ਨਾਈਸ ਐਕਸਪੀਰੀਅੰਸ। ਆਫਟਰ ਸਕੂਲ ਔਰ ਕਾਲਜ ਟਾਈਮ 20 ਸਾਲ ਬਾਅਦ ਅਪਰੋਕਸੀਮੇਟਲੀ ਚਾਂਸ ਮਿਲਿਆ ਕਿ ਸਟੇਜ ਦੇ ਉੱਪਰ ਪਰਫੋਰਮ ਕਰੀਏ, ਔਰ ਆਲ ਕ੍ਰੈਡਿਟ ਗੋਜ਼ ਟੂ ਸੋਨੀਆ ਮੈਮ ਓਨਲੀ। ਮੇਰਾ ਵੀ ਫਸਟ ਟਾਈਮ ਹੈ ਔਰ ਮੈਨੂੰ ਬਹੁਤ ਬਹੁਤ ਮਜ਼ਾ ਆਇਆ ਔਰ ਮੈਂ ਅੱਗੇ ਵੀ ਐਸੇ ਹੀ ਇਨਕੋ ਜੁਆਇਨ ਕਰੂੰਗੀ। ਥੈਂਕ ਯੂ। ਮੇਰਾ ਫਸਟ ਐਕਸਪੀਰੀਅੰਸ ਹੈ ਯਹਾਂ ਪੇ ਔਰ ਮੈਂ ਫਸਟ ਟਾਈਮ ਯਹਾਂ ਪੇ ਐਸੇ ਇਤਨਾ ਐਨਜੋਏ ਕੀਆ, ਸੋ ਥੈਂਕ ਯੂ ਸੋਨੀਆ ਮੈਮ। ਔਰ ਮੈਂ ਸਭ ਤੋਂ ਬੜਾ ਅੱਛਾ ਲਗਾ ਕਿ ਮੈਂ ਇੰਡੀਪੈਂਡੈਂਟ ਡੇ ਕੇ ਲਈ ਕੁਛ ਕਰ ਸਕੀ ਹੂੰ, ਬਸ। ਥੈਂਕ ਯੂ ਸੋਨੀਆ ਮੈਮ। ਸੋ ਦੋਸਤੋ, ਸਾਡੇ ਨਾਲ ਗੱਲ ਕਰਨ ਲਈ ਮੌਜੂਦ ਹੈ ਕਿ ਅੱਜ ਦੇ ਇਵੈਂਟ ਦੇ ਜੱਜਿਸ ਆਊਟ ਜਾਣਦੇ ਆ ਫਿਰ ਅੱਜ ਦਾ ਇਵੈਂਟ ਕਿੱਦਾਂ ਦਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੋਨੀਆ ਛਾਬੜਾ। ਅੱਜ ਮੈਂ ਇੱਥੇ ਜੱਜ ਬਣ ਕੇ ਆਈ ਹਾਂ ਤੀਜ ਪ੍ਰੋਗਰਾਮ ਦੇ ਵਿੱਚ ਸੋਨੀਆ ਜੀ ਦੇ ਇਵੈਂਟ 'ਤੇ। ਅੱਜ ਬਹੁਤ ਅੱਛਾ ਲੱਗ ਰਿਹਾ ਵੈ ਔਰ ਸਾਨੂੰ ਮਤਲਬ ਬੜਾ ਔਖਾ ਲੱਗ ਰਿਹਾ ਕਿ ਵੀ ਅਸੀਂ ਜੱਜਮੈਂਟ ਕਿਵੇਂ ਕਰੀਏ, ਕਿਉਂਕਿ ਸਾਰੇ ਇੰਨੇ ਸੋਹਣੇ ਤਿਆਰ ਹੋ ਕੇ ਆਏ ਹੈ ਕਿ ਇਟਸ ਰੀਅਲੀ ਵੈਰੀ ਡਿਫੀਕਲਟ ਟੂ ਗਿਵ ਜੱਜ। ਵੈਸੇ ਤਾਂ ਜੱਜ ਕਰਨ ਦਾ ਸਾਨੂੰ ਅਸੀਂ ਮਤਲਬ ਇੰਨਾ ਹੈ ਨੀਗਾ, ਟੂ ਜੱਜ ਸਮਵਨ ਇਜ਼ ਵੈਰੀ ਡਿਫੀਕਲਟ। ਔਰ ਅਸੀਂ ਉੱਥੇ ਉਹਨਾਂ ਦੇ ਮਹਿੰਦੀ, ਉਹਨਾਂ ਦੇ ਚੂੜੀਆਂ, ਉਹਨਾਂ ਦੇ ਫੁਲਕਾਰੀ, ਟ੍ਰੈਡੀਸ਼ਨਲ ਸਭ ਕੁਛ ਦੇਖਣਾ। ਮਹਿੰਦੀ ਦੇ ਵਾਪਸ ਆਵਾਂਗਾ ਥੋੜ੍ਹੀ ਦੇਰ ਤੱਕ। ਹਾਂਜੀ ਜੀ, ਹਾਂਜੀ ਜੀ, ਮੈਂ ਜੱਜਿੰਗ ਇਸ ਤਰ੍ਹਾਂ ਕੀਤੀ ਹੈ, ਬੜੀ ਕਨਫਿਊਜ਼ਨ ਲੱਗੀ ਹੈ
ਵੀ ਹਰ ਹੈੱਡ ਟੂ ਟੋ ਤੋਂ ਲੈ ਕੇ ਐਵਰੀ ਵਨ ਇਜ਼ ਮਤਲਬ ਕੋਈ ਕਮੀ ਨਹੀਂ ਲੱਗ ਰਹੀ ਹੈਗੀ ਹੈ। ਬੜੀ ਕਨਫਿਊਜ਼ਨ ਹੋ ਚੁੱਕੀ ਹੈ ਸਾਨੂੰ ਮਤਲਬ ਜੱਜਮੈਂਟ ਦਿੰਦੇ ਹੋਏ ਵੀ ਇਹਨੂੰ ਅਸੀਂ ਕਿਸ ਤਰ੍ਹਾਂ ਜੱਜ ਕਰੀਏ, ਬਟ ਇੱਕ ਰਿਜ਼ਲਟ ਤਾਂ ਜੱਜਿਸ ਨੇ ਦੇਣਾ ਹੁੰਦਾ, ਉਹ ਅਸੀਂ ਹੁਣ ਲੈ ਕੇ ਆ ਰਹੇ ਹਾਂ ਅਤੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ। ਹੈਲੋ, ਮੈਂ ਕਿਰਨ ਪਪਨੇਜਾ। ਐਕਚੁਲੀ ਜੱਜਮੈਂਟ ਕਰਨਾ ਬਹੁਤ ਮੁਸ਼ਕਿਲ ਹੈ ਅੱਜ ਤਾਂ ਵਾਕਈ, ਅੱਗੇ ਫੈਸ਼ਨ ਸ਼ੋ ਹੁੰਦੇ ਈਜ਼ੀ ਹੈ, ਪਰ ਅੱਜ ਪੰਜਾਬੀ ਸੱਭਿਆਚਾਰ ਨੂੰ ਦੇਖ ਕੇ, ਪੰਜਾਬੀ ਜੁੱਤੀ, ਫੁਲਕਾਰੀ, ਇਹ ਚੀਜ਼ਾਂ ਸਾਰੇ ਦੇਖ ਕੇ ਕਿ ਕੌਣ ਕਿੰਨਾ ਪਟੋਲਾ ਲੱਗ ਰਹੀਆਂ ਸਭ, ਪਰ ਬਹੁਤ ਮੁਸ਼ਕਿਲ ਹੈ ਸਾਨੂੰ ਜੱਜਮੈਂਟ ਕਰਨਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਜੋ ਜੱਜਮੈਂਟ ਦੀ ਗੱਲ ਹੋ ਰਹੀ ਹੈ, ਤਾਂ ਜੱਜਮੈਂਟ ਸਭ ਕਹਿ ਰਹੇ ਆ ਕਿ ਡਿਫੀਕਲਟ ਹੈ, ਬਟ ਮੈਂ ਤਾਂ ਕਹੂੰਗੀ ਹਰ ਉਹ ਲੇਡੀ ਵਿਨਰ ਹੈ ਜਿਹੜੀ ਆਪਣੇ ਆਪ ਨੂੰ ਅੱਗੇ ਲਿਆ ਕੇ ਪਰਫੋਰਮ ਕਰਦੀ ਹੈ, ਕਿਉਂਕਿ ਆਪਣੇ ਆਪ ਨੂੰ ਅੱਗੇ ਇੱਕ ਹਾਊਸ ਵਾਈਫ ਤੋਂ ਅੱਗੇ ਲੈ ਕੇ ਆਉਣਾ ਕੋਈ ਈਜ਼ੀ ਨਹੀਂ ਹੁੰਦਾ, ਬਹੁਤ ਡਿਫੀਕਲਟ ਹੁੰਦਾ। ਔਰ ਅਗਰ ਤੁਸੀਂ ਆਪਣੇ ਆਪ ਨੂੰ ਸਟੇਜ 'ਤੇ ਅੱਗੇ ਲੈ ਕੇ ਆਉਂਦੇ ਹੋ, ਤਾਂ ਦੈਟ ਇਜ਼ ਕਿ ਤੁਸੀਂ ਆਪ ਵਿਨਰ ਹੋ ਆਪਣੇ ਆਪ ਦੇ ਵਿੱਚ। ਵਾਹ ਜੀ ਵਾਹ। ਲੇਕਿਨ ਸਭ ਤੋਂ ਵੱਡੀ ਗੱਲ ਹੁੰਦੀ ਹੈ ਮਹਿੰਦੀ, ਅਤੇ ਮਹਿੰਦੀ ਦੀ ਜਿਹੜੀ ਪਹਿਲੀ ਨਜ਼ਰ ਸੀ ਉਹ ਮੰਜੂ ਮੈਮ ਦੀ ਸੀਗੀ। ਸਪੈਸ਼ਲ ਅਰੇਂਜਮੈਂਟ ਰੋਕ ਕੇ ਕਿਹਾ ਕਿ ਪਹਿਲਾਂ ਮਹਿੰਦੀ ਦੇਖੀ ਜਾਵੇ ਕਿੱਦਾਂ ਦੀ ਹੈ। ਸੋ ਤੁਹਾਡੀ ਪਹਿਲੀ ਨਜ਼ਰ 'ਤੇ ਮਹਿੰਦੀ ਦਾ ਵਿਨਰ ਕੌਣ ਰਿਹਾ, ਉਹ ਮੈਨੂੰ ਥੋੜ੍ਹੀ ਦਾ ਸਾਨੂੰ ਕਲੀਅਰ ਹੋਏਗਾ। ਇੱਦਾਂ ਹੈ ਕਿ ਤੀਜ ਦੇ ਉੱਪਰ, ਵੈਸੇ ਤਾਂ ਮੈਂ ਤੁਹਾਨੂੰ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਵਿਰਸੇ ਨਾਲ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੇ ਜੁੜ ਰਹੀਆਂ ਨੇ, ਉਹ ਬਹੁਤ, ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਮੈਂ ਆਪ ਪੰਜਾਬੀ ਵਿਰਸੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹਾਂ। ਅਤੇ ਬਾਕੀ ਜਿਹੜੀ ਤੁਸੀਂ ਮਹਿੰਦੀ ਦੀ ਗੱਲ ਕਰ ਰਹੇ ਹੋ, ਇਹ ਇੱਕ ਪਾਰਟ ਹੈ, ਅਤੇ ਜਦੋਂ ਫੈਸ਼ਨ ਸ਼ੋਅ ਹੁੰਦਾ ਤਾਂ ਸਾਰੇ ਇਸ ਤਰ੍ਹਾਂ ਹੁੰਦੇ ਨੇ ਸਾਰੇ, ਅਤੇ ਉਹ ਮਹਿੰਦੀ ਦਾ ਜਿਹੜਾ ਸਰੂਰ ਅਤੇ ਨੂਰ ਹੈ ਉਹ ਕੋਈ ਨਜ਼ਰ ਨਹੀਂ ਸੀ ਆਇਆ, ਇਸ ਲਈ ਮੈਂ ਸਪੈਸ਼ਲ ਮਹਿੰਦੀ ਨੂੰ ਦੇਖਿਆ ਅਤੇ ਬਹੁਤ ਸੋਹਣੀ ਮਹਿੰਦੀਆਂ ਲੱਗੀਆਂ ਹੋਈਆਂ ਨੇ। ਗੋਡ ਬਲੈਸ। ਪੈਸਾ ਵਸੂਲ? ਹਾਂਜੀ, ਪੈਸਾ ਵਸੂਲ ਮਹਿੰਦੀ ਹੈ, ਜੋ ਬੱਚਿਆਂ ਨੇ ਸਾਰਿਆਂ ਨੇ ਆਪਣੇ ਐਫਰਟਸ ਕੀਤੇ ਨੇ ਉਹ ਨਜ਼ਰ ਆਉਣੇ ਚਾਹੀਦੇ ਨੇ। First of all, happy independence to everyone. We really enjoyed here. It was mesmerizing performance by everyone, and it's really very difficult to give the verdict. We have somehow chosen our winners. Let's see, wait and watch. Thank you so much. ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਹੁਣ ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।